ਪੁੱਲ ਦੁਪਹਿਰ ਦਾ ਟਾਈਮ ਹੈ, ਸਾਈਡ ਤੇ ਕੰਮ ਚੱਲਦਾ ਪਿਆ, ਖਜੂਰਾਂ ਲੱਗ ਰਹੀਆਂ ਨੇ, ਸ਼ੇਖ ਆ ਰਿਹਾ ਵਿਜ਼ਿਟ ਕਰਨ, ਜਿਹਦੀ ਵਜ੍ਹਾ ਤੋਂ ਇੰਨੀ ਖੱਪ ਪਈ, ਸਫਾਈ ਕਰ ਰਹੇ ਹਾਂ, ਇੱਥੋਂ ਐਂਟਰੀ ਹੋਣੀ ਆ, ਐਂਟਰੀ ਤੋਂ ਬਾਅਦ ਆ ਸਾਰਾ ਕੰਮ ਜਿਹੜਾ ਸਾਡਾ ਜਿਹੜਾ ਕਚਰਾ ਵਗੈਰਾ ਇਕੱਠਾ ਹੋ ਰਿਹਾ, ਲੱਗਣਾ ਚਾਲੂ ਹੋ ਚੁੱਕੇ ਨੇ। ਉੱਥੇ ਵੀ ਖਜੂਰ ਆ ਜਾਣਾ, ਗਰਮੀ ਇੰਨੀ ਕੁ, ਹਰ ਬੰਦੇ ਨੇ ਮੂੰਹ ਘੁਮਾਉਣ ਲਈ ਬੈਠੇ ਹੋਏ ਨੇ, ਫੁੱਲ ਬੁਰੀ ਹਾਲਤ ਹੋਈ ਪਈ, ਜਿਹੜੇ ਚਿੱਟੇ ਸੀ ਉਹ ਕਾਲੇ ਹੋ ਚੁੱਕੇ ਨੇ, ਜਿਹੜੇ ਕਾਲੇ ਨੇ ਉਹ ਪਹਿਲੇ ਚਿੱਟੇ ਹੋ ਚੁੱਕੇ ਨੇ। ਉਹ ਸੇਫਟੀ ਵਾਲਾ ਉੱਤੇ ਚੜ੍ਹ ਗਿਆ, ਹੁਣ ਦੇਖੋ ਕਿਹਨੂੰ ਕਿਹਨੂੰ ਫਾਈਨ ਲੈਂਦਾ ਜਾਂ ਕੀ ਪ੍ਰੋਬਲਮ ਕਰਦਾ। ਮੇਰੇ ਕੋਲ ਤਾਂ ਨਹੀਂ ਆਇਆ, ਮੇਰੇ ਕੋਲ ਕਿਹਾ ਹੋਊਗਾ।